so. ਚਿਊਂਗਮ ਕੋਈ ਖੁਰਾਕ ਨਹੀਂ ਹੈ ਅਤੇ ਨਾ ਹੀ ਇਹਦਾ ਇਸਤੇਮਾਲ ਇਨਸਾਨ ਲਈ ਬਹੁਤ ਜ਼ਰੂਰੀ ਹੈ, ਲੇਕਿਨ ਜ਼ਬਾਨ ਦੇ ਚਸਕੇ ਅਤੇ ਮਨ ਦੇ ਸਵਾਦ ਦਾ ਵੀ ਕੋਈ ਮੋਲ ਨਹੀਂ ਹੈ। ਇਹੋ ਹੀ ਵਜ੍ਹਾ ਹੈ ਕਿ ਇਹਨੂੰ ਨਿੱਕਿਆਂ ਦੇ ਨਾਲ ਨਾਲ ਵੱਡੇ ਵੀ ਚਬਾਉਂਦਿਆਂ ਹੋਇਆਂ ਨਜ਼ਰ ਆਉਂਦੇ ਨੇ। ਸਭ ਤੋਂ ਜ਼ਿਆਦਾ ਮੇਨ ਫਾਇਦਾ ਜਿਹੜਾ ਇਹਦਾ ਮੈਂ ਮਹਿਸੂਸ ਕੀਤਾ ਉਹ ਇਹ ਹੈ ਕਿ ਖਾਸ ਤੌਰ 'ਤੇ ਖਾਣਾ ਖਾਣੇ ਤੋਂ ਬਾਅਦ ਬਬਲ ਗਮ ਲਗਾਤਾਰ ਅੱਧਾ ਘੰਟਾ 15 ਮਿੰਟ ਖਾਧੀ ਜਾਏ ਅਤੇ ਜੋ ਕੁਝ ਖਾਧੇ ਜਾਂਦਾ ਖਾਣਾ ਉਹ ਬਹੁਤ ਅੱਛੀ ਤਰ੍ਹਾਂ ਹਜ਼ਮ ਹੋ ਜਾਂਦਾ। ਚਿੰਗਮ 1 ਰੁਪਏ ਦੀ ਮਿਲਦੀ ਹੈ, 2-4 ਘੰਟੇ ਨਿਕਲ ਜਾਂਦੇ ਨੇ, ਮਗਰ ਅਸੀਂ ਨਾ ਖਾਈਏ ਫਿਰ 2-2.5 ਘੰਟੇ ਬਾਅਦ ਫਿਰ ਲਾਜ਼ਮੀ ਅਸੀਂ ਕੁਝ ਖਾਣਾ ਪੈ ਜਾਂਦਾ, ਤਾਂ ਵਾਸਤੇ ਅਸੀਂ 1 ਰੁਪਏ ਦੀ ਚਿੰਗਮ ਲੈ ਕੇ ਖਾ ਲੈਂਦੇ। ਚਿੰਗਮ ਦਾ ਇਸਤੇਮਾਲ ਬੱਚਿਆਂ ਵਿੱਚ ਇਸ ਵਾਸਤੇ ਵੀ ਜ਼ਿਆਦਾ ਕੀਤਾ ਜਾਂਦਾ ਹੈ ਕਿ ਇਹ ਕਮ ਕੀਮਤ ਹੋਣ ਦੇ ਨਾਲ ਨਾਲ ਸਾਰਾ ਦਿਨ ਚਬਾਉਣ ਦੇ ਬਾਵਜੂਦ ਵੀ ਖਤਮ ਨਹੀਂ ਹੁੰਦੀ ਅਤੇ ਇਹਦਾ ਗੁਬਾਰਾ ਬਣਾ ਕੇ ਇਹਨੂੰ ਖੇਡ ਦੇ ਤੌਰ 'ਤੇ ਵੀ ਇਸਤੇਮਾਲ ਕੀਤਾ ਜਾਂਦਾ ਹੈ। चिंगम बहुत मुझे अच्छी लगती है, मैं इसको कभी कभार खा लेती हूँ और इसका टेस्ट भी बहुत अच्छा है और ये बहुत सस्ती मिलती है। ਪਸੰਦੀਦਾ ਚੀਜ਼ ਹੈ, ਇਹਨੂੰ ਸਪੋਰਟਸਮੈਨ ਵੀ ਦੌਰਾਨੇ ਖੇਡ ਇਸਤੇਮਾਲ ਕਰਦੇ ਨੇ ਤਾਂ ਜੇ ਇਹਨਾਂ ਨੂੰ ਸਾਹ ਦੀ ਪ੍ਰੋਬਲਮ ਨਾ ਹੋਏ, ਲੇਕਿਨ ਡਾਕਟਰ ਹਜ਼ਰਾਤ ਦਾ ਕਹਿਣਾ ਹੈ ਕਿ ਇਹਦਾ ਜ਼ਿਆਦਾ ਇਸਤੇਮਾਲ ਸਿਹਤ ਨੂੰ ਨੁਕਸਾਨ ਵੀ ਦੇ ਸਕਦਾ ਹੈ। ਆਪਣਾ ਨਿਊਜ਼ ਨਾਲ ਗੱਲਬਾਤ ਕਰਦਿਆਂ ਹੋਇਆਂ ਡਾਕਟਰ ਹਫੀਜ਼ ਰਹਿਮਾਨ ਨੇ ਦੱਸਿਆ ਰੋਜ਼ਮਰ੍ਹਾ ਜ਼ਿੰਦਗੀ ਦੇ ਵਿੱਚ ਚਿੰਗਮ ਦਾ ਜਿਹੜਾ ਵੱਧਦਾ ਹੋਇਆ ਇਸਤੇਮਾਲ ਉਹ ਬੱਚਿਆਂ 'ਚ ਹੋਵੇ ਜਾਂ ਵੱਡਿਆਂ 'ਚ ਹੋਵੇ, ਮਾਂ ਸਵਾਏ ਵੱਡੇ ਲੋਕ ਵੀ ਜਦੋਂ ਜਹਾਜ਼ 'ਚ ਉਤਰਦੇ ਯਕਦਮ ਚੱਕਰ ਆਉਂਦੇ ਕਿ ਨਹੀਂ ਉਹਨਾਂ ਦੇ ਦਰਮਿਆਨੀ ਕੰਨ ਦਾ ਕੋਈ ਮਸਲਾ ਹੁੰਦਾ ਹੈਗਾ ਕਿ ਇਸ ਨੂੰ ਬਾਰ ਬਾਰ ਦਬਾਉਣ ਦੇ ਵਿੱਚ ਇੱਕ ਟਿਊਬ ਜਿਹੜੀ ਗਲੇ 'ਚ ਖੁੱਲ੍ਹਦੀ ਹੈ, ਕੰਨ ਦਾ ਕੁਨੈਕਸ਼ਨ ਸਟੀਚਿੰਗ ਟਿਊਬ ਉਹ ਖੁੱਲ੍ਹ ਜਾਂਦੀ ਹੈਗੀ ਆ। ਇਸ ਤੋਂ ਇਲਾਵਾ ਬੰਦੇ ਰਿਲੀਫ ਫੀਲ ਕਰਦੇ ਹੈਗੇ।